ਤੂੰ ਨਾਰਾਜ਼ ਲੱਗਦਾ ਹੈ ਸਾਡੇ ਤੋਂ। ਤੂੰ ਇਹੀ ਸੋਚ ਰਿਹਾ ਨਾ ਕਿ ਇਹਨਾਂ ਨੇ ਤੇਰੇ ਡੇਰੇ ਦੀ ਪਵਿੱਤਰਤਾ ਭੰਗ ਕਰ ਦਿੱਤੀ। ਮਾਫ਼ ਕਰਨਾ ਮਹਾਰਾਜ, ਮੇਰੇ ਪਵਿੱਤਰ ਸਥਾਨ ਤੇ ਨਿਰਦੋਸ਼ ਜੀਵਾਂ ਦੀ ਹੱਤਿਆ ਹੋਈ ਹੈ। ਉਹਨਾਂ ਦੇ ਖੂਨ ਨਾਲ ਆਸ਼ਰਮ ਦੀ ਮਿੱਟੀ ਲਾਲ ਹੈ। ਹੁਣ ਮੈਂ ਇੱਥੇ ਧਿਆਨ ਨਹੀਂ ਲਗਾ ਸਕਦਾ। ਗੁਰੂ ਸਾਹਿਬ ਨੇ ਕਿਹਾ, ਇਹੀ ਤਾਂ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਬਾਹਰ ਤਾਂ ਮੁਗਲ ਨਿਰਦੋਸ਼ ਬੇਕਸੂਰ ਇਨਸਾਨਾਂ ਨੂੰ ਬੱਕਰੀਆਂ ਦੀ ਤਰ੍ਹਾਂ ਹਲਾਲ ਕਰ ਰਹੇ ਨੇ। ਉਹ ਕਿਹੜਾ ਐਸਾ ਮੰਤਰ ਹੈ ਜਿਹੜਾ ਸ਼ਰੇਆਮ ਹੋ ਰਹੇ ਅਤਿਆਚਾਰ ਵਾਲੀ ਤੇਰਾ ਧਿਆਨ ਨਹੀਂ ਜਾਣ ਦਿੰਦਾ? ਰਜੌਰੀ ਦਾ ਰਹਿਣ ਵਾਲਾ ਹੈ ਤੂੰ। ਤਵੀ, ਸਤਲੁਜ, ਬਿਆਸ, ਰਾਵੀ, ਜਮੁਨਾ, ਗੰਗਾ, ਨਰਮਦਾ ਨਦੀਆਂ ਪਾਰ ਕਰਕੇ ਗੋਦਾਵਰੀ ਦੇ ਕੰਢੇ ਆ ਕੇ ਡੇਰਾ ਲਾਇਆ। ਮੇਰੀ ਮਨ, ਇੱਕ ਵਾਰ ਫਿਰ ਤੋਂ ਸਫ਼ਰ ਸ਼ੁਰੂ ਕਰ। ਰਾਹ ਵਿੱਚ ਤੈਨੂੰ ਗਰੀਬ ਮਿਹਨਤ ਕਸ਼ ਰੋਂਦੇ ਹੋਏ ਕਿਸਾਨ ਮਿਲਣਗੇ। ਉਹਨਾਂ ਦੇ ਹੰਝੂ ਪੂੰਜੀ, ਉਹਨਾਂ ਦੀਆਂ ਮੁਸਕਰਾਹਟਾਂ ਪਿੱਛੇ ਬੈਠਾ ਪਰਮਾਤਮਾ ਤੇਰੀ ਉਡੀਕ ਕਰ ਰਿਹਾ। ਅੰਤਰਯਾਮੀ, ਤੁਸੀਂ ਕੌਣ ਹੋ? ਗੁਰੂ ਸਾਹਿਬ ਨੇ ਕਿਹਾ, ਉਹੀ ਜਿਹਨੂੰ ਤੂੰ ਜਾਣਦਾ। ਇੰਜ ਨਹੀਂ ਮਾਧੋ, ਮਨ ਦੀਆਂ ਅੱਖਾਂ ਨੂੰ ਖੋਲ। ਤੁਸੀਂ ਤਾਂ ਸਾਕਸ਼ਾਤ ਗੁਰੂ ਗੋਬਿੰਦ ਸਿੰਘ ਜੀ ਹੋ। ਹਾਂ ਮਾਧੋ ਦਾਸ, ਜਿਵੇਂ ਗੁਰੂ ਸਾਹਿਬ ਨੂੰ ਦਾਦੂ ਦੁਆਰੇ ਦੇ ਮਹੰਤ ਜੈਤ ਰਾਮ ਤੋਂ ਤੇਰੇ ਬਾਰੇ ਪਤਾ ਚੱਲਿਆ, ਸਿੱਧਾ ਹੀ ਤੇਰੇ ਡੇਰੇ ਚੱਲਿਆ ਹੈ। ਮੇਰੇ ਭਾਗ ਹਨ। ਗੁਰੂ ਸਾਹਿਬ ਨੇ ਕਿਹਾ, ਆਪਣੇ ਭਾਗਾਂ ਨੂੰ ਹੋਰ ਜਗ੍ਹਾ। ਤੂੰ ਕਰਮਵੀਰ ਹੈ, ਜਿਸ ਕਰਮ ਦੇ ਲਈ ਇਸ ਧਰਤੀ ਤੇ ਆਇਆ ਉਸਦੀ ਕਮਾਨ ਸੰਭਾਲ। ਤੇਰਾ ਸੁਭਾਅ ਤਾਂ ਸ਼ਿਕਾਰੀਆਂ ਵਾਲਾ ਹੈ। ਜ਼ਾਲਮਾਂ ਦੇ ਸਤਾਏ ਹੋਏ ਉਹ ਲੋਕ ਓਨੇ ਹੀ ਮਾਸੂਮ ਤੇ ਬੇਕਸੂਰ ਨੇ ਜਿੰਨੇ ਤੇਰੇ ਤੀਰ ਨਾਲ ਮਰੇ ਉਹ ਹਿਰਨੀ ਦੇ ਦੋ ਬੱਚੇ, ਜਿਹੜੇ ਪੈਦਾ ਹੋਣ ਸਾਰ ਤੇਰੇ ਸਾਹਮਣੇ ਦਮ ਤੋੜ ਗਏ, ਜਿਨ੍ਹਾਂ ਨੂੰ ਤੂੰ ਤੜਪ ਤੜਪ ਕੇ ਮਰਦਾ ਵੇਖ ਨਾ ਸਕਿਆ ਤੇ ਸ਼ਿਕਾਰ ਖੇਡਣਾ ਬੰਦ ਕਰ ਦਿੱਤਾ। ਕਾਨਿਆਂ ਦੇ ਤੀਰ ਵੀ ਤੋੜੇ ਸੀ ਤੇ ਕਮਾਨ ਵੀ ਸੁੱਟੀ ਸੀ। ਉਸ ਕੀੜਾ ਦੀ ਤੜਪ ਨੇ ਤੈਨੂੰ ਲਕਸ਼ਮਣ ਦੇਵ ਤੋਂ ਮਾਧੋ ਦਾਸ ਬਣਾ ਦਿੱਤਾ। ਅੰਤਰਯਾਮੀ, ਮੈਂ? ਗੁਰੂ ਸਾਹਿਬ ਨੇ ਕਿਹਾ, ਹਾਂ ਹਾਂ, ਤੂੰ ਕੌਣ? ਜੀ, ਮੈਂ ਤੁਹਾਡਾ ਬੰਦਾ। ਉਹ ਕਿਹੜੇ ਪਾਪੀ ਨੇ ਜਿਹੜੇ ਬੇਕਸੂਰ ਲੋਕਾਂ ਦਾ ਖੂਨ ਵਹਾਉਂਦੇ ਨੇ? ਕਿਵੇਂ ਸਜ਼ਾ ਦੇਗਾ ਉਹਨਾਂ ਲੋਕਾਂ ਨੂੰ? ਤੰਤਰਾਂ ਮੰਤਰਾਂ ਨਾਲ ਉਹਨਾਂ ਦੇ ਮੰਜੇ ਮੁੱਦੇ ਮਾਰ ਕੇ? ਤੰਤਰਾਂ ਮੰਤਰਾਂ ਵਾਲੇ ਮਾਧੋ ਦਾਸ ਦੀ ਮੌਤ ਤਾਂ ਤੁਹਾਡੇ ਦਰਸ਼ਨ ਕਰਕੇ ਹੋ ਗਈ ਸੀ ਵਜਾ ਵਾਲੇ ਸਾਈਆਂ। ਹੁਣ ਤੁਹਾਡੇ ਸਾਹਮਣੇ ਤੁਹਾਡਾ ਬੰਦਾ ਹੈ। ਹੁਣ ਤੁਸੀਂ ਆਪਣੇ ਇਸ ਬੰਦੇ ਨੂੰ ਇਹੋ ਜਿਹਾ ਸਿੰਘ ਬਣਾਓ ਜਿਹਦੀ ਤਲਵਾਰ ਕਿਸੇ ਬੇਗੁਨਾਹ ਤੇ ਉੱਠੇ ਨਾ ਤੇ ਕਿਸੇ ਪਾਪੀ ਨੂੰ ਬਖਸ਼ੇ ਨਾ। ਗੁਰੂ ਸਾਹਿਬ ਫਿਰ ਉਸਨੂੰ ਕਹਿੰਦੇ ਹਨ, ਤੈਨੂੰ ਬਸ ਬੰਦਾ ਐਸਾ ਬਹਾਦੁਰ ਸਿਪਾਹੀ ਬਣਾਵਾਂਗੇ ਜਿਹੜਾ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਲੋਹੇ ਦੇ ਚਣੇ ਚਬਵਾ ਦੇਗਾ। ਹੁਣ ਤੈਨੂੰ ਅਸੀਂ ਗਰੀਬਾਂ ਤੇ ਮਜ਼ਲੂਮਾਂ ਦਾ ਸਹਾਈ ਖਾਲਸਾ ਬਣਾਵਾਂਗੇ। ਨੰਦੇੜ ਵਿੱਚ ਗੁਰੂ ਜੀ ਨੇ ਆਪਣਾ ਡੇਰਾ ਗੋਦਾਵਰੀ ਨਦੀ ਦੇ ਕੰਢੇ ਲਾਇਆ। ਉੱਥੋਂ ਦਾ ਵਾਤਾਵਰਣ ਬੜਾ ਹੀ ਦਿਲ ਖਿੱਚਵਾਂ ਸੀ। ਹਿਰਨਾਂ ਦਾ ਝੁੰਡ ਆ ਕੇ ਚੁੱਪ ਚਾਪ ਕੋਨੇ ਤੇ ਬਹਿ ਜਾਂਦਾ ਤੇ ਮੋਰ ਨੱਚਣਾ ਭੁੱਲ ਸ਼ਾਂਤ ਹੋ ਕੇ ਬੈਠ ਜਾਂਦੇ। ਇਹੋ ਜਿਹੇ ਵਾਤਾਵਰਣ ਵਿੱਚ ਆ ਕੇ ਮਾਧੋ ਦਾਸ ਅਤੇ ਉਸਦੇ ਸਾਥੀ ਧੰਨ ਹੋ ਗਏ। ਜੰਗ ਹੌਸਲੇ ਨਾਲ ਜਿੱਤੀ ਜਾਂਦੀ ਹੈ ਪਰ ਅਸੂਲਾਂ ਦੇ ਲਈ ਲੜੀ ਜਾਂਦੀ ਹੈ। ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਹਨ। ਇਸ ਵਕਤ ਸਭ ਤੋਂ ਵੱਧ ਜ਼ਰੂਰਤ ਹੈ ਲੋਕਾਂ ਦਾ ਸਾਥ ਦੇਣ ਦੀ। ਜੰਗ ਦੇ ਅਸੂਲਾਂ ਨੂੰ ਜਾਣ ਲੈਣਾ ਅਤਿਅੰਤ ਜ਼ਰੂਰੀ ਹੈ। ਇੰਨੇ ਸਾਲਾਂ ਬਾਅਦ ਵੀ, ਵਾਹ, ਥੋੜ੍ਹੇ ਅਭਿਆਸ ਦੀ ਜ਼ਰੂਰਤ ਹੈ। ਗੁਰੂ ਸਾਹਿਬ ਨੇ ਸੰਗਤ ਨੂੰ ਸਮਝਾਇਆ, ਲੋਕਾਂ ਨੂੰ ਅਗਰ ਜ਼ਾਲਮਾਂ ਤੋਂ ਬਚਾਉਣਾ ਹੈ ਤਾਂ ਆਪਣੇ ਆਪ ਨੂੰ ਬਚਾ ਕੇ ਰੱਖੋ। ਨਾ ਸਮਝੀ ਨਾਲ ਅੱਗੇ ਵੱਧ ਕੇ ਦੁਸ਼ਮਣ ਦੇ ਹਥਿਆਰਾਂ ਦੀ ਭੇਟ ਚੜ੍ਹਨਾ ਬੇਵਕੂਫੀ। ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਸਮਝਾਇਆ, ਜੇ ਤੁਹਾਡੀ ਮੌਤ ਹੋਰਨਾਂ ਲਈ ਪ੍ਰੇਰਣਾ ਨਹੀਂ ਬਣ ਸਕਦੀ ਤਾਂ ਸ਼ਹੀਦ ਹੋਣ ਦਾ ਕੋਈ ਫਾਇਦਾ ਨਹੀਂ। ਮਰਨਾ ਉਸੇ ਦਾ ਸਫਲ ਮੰਨਿਆ ਜਾਂਦਾ ਹੈ ਜਿਹੜਾ ਦੂਸਰਿਆਂ ਨੂੰ ਮਰਨ ਦੀ ਜਾਚ ਸਿਖਾ ਦੇਵੇ।
ਗੁਰੂ ਸਾਹਿਬ ਨੇ ਕਿਹਾ ਮੁਗਲੀਆ ਸਲਤਨਤ ਦੀ ਜੜ ਪੁੱਟੀ ਗਈ, ਹੁਣ ਇਹਦੇ ਦਿਨ ਉਂਗਲਾਂ ਤੇ ਗਿਣੇ ਜਾ ਸਕਦੇ ਨੇ। ਅੱਜ ਦੇ ਦੀਵਾਨ ਦੀ ਸਮਾਪਤੀ ਹੋਣ ਤੋਂ ਪਹਿਲਾਂ ਜੇਕਰ ਸੰਗਤ ਵਿੱਚੋਂ ਕਿਸੇ ਨੇ ਕੁਝ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਹੈ। ਗੁਰੂ ਜੀ, ਜੇਕਰ ਕੋਈ ਪਾਪ ਕਰਦਾ ਤਾਂ ਕਿ ਉਸਨੂੰ ਇਸੇ ਜਨਮ ਵਿੱਚ ਹੀ ਭੋਗਣਾ ਪੈਂਦਾ? ਹਾਂ ਬਿਲਕੁਲ, ਗੁਰੂ ਸਾਹਿਬ ਨੇ ਸਮਝਾਇਆ ਪਾਪਾਂ ਦਾ ਹਿਸਾਬ ਇੱਥੇ ਹੀ ਦੇ ਕੇ ਜਾਣਾ ਹੈ। ਗੁਰੂ ਸਾਹਿਬ ਨੇ ਮੁਸਕੁਰਾ ਕੇ ਕਿਹਾ ਤਾਂ ਆਖਿਰ ਤੁਸੀਂ ਪਹੁੰਚ ਹੀ ਗਏ। ਬੜੀ ਦੂਰੋਂ ਆਏ ਲੱਗਦੇ ਹੋ। ਜੀ ਗੁਰੂ ਜੀ, ਸਾਨੂੰ ਆਸ਼ੀਰਵਾਦ ਦਿਓ। ਗੁਰੂ ਸਾਹਿਬ ਨੇ ਕਿਹਾ ਵਾਹਿਗੁਰੂ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇ। ਗੁਰੂ ਜੀ, ਪਾਪੀ ਤੇ ਅਪਰਾਧੀ ਵਿੱਚ ਕੀ ਅੰਤਰ ਹੁੰਦਾ? ਪਾਪੀ ਉਹ ਹੁੰਦਾ ਹੈ ਜੋ ਪਾਪ ਕਰਨ ਬਾਰੇ ਸੋਚੇ, ਅਪਰਾਧੀ ਉਹ ਹੁੰਦਾ ਹੈ ਜੋ ਸੋਚੇ ਹੋਏ ਪਾਪ ਨੂੰ ਅੰਜਾਮ ਤੱਕ ਲੈ ਜਾਵੇ। ਕੀ ਪਾਪੀ ਦਾ ਚਿਹਰਾ ਪੜਿਆ ਜਾ ਸਕਦਾ ਹੈ? ਪਾਪੀ ਦਾ ਪਾਪ ਉਹਦੇ ਚਿਹਰੇ ਤੇ ਸਾਫ਼ ਸ਼ਬਦਾਂ 'ਚ ਲਿਖਿਆ ਹੁੰਦਾ ਹੈ ਜਿਸ ਨੂੰ ਅਸੀਂ ਸਿਰਫ ਮਨ ਦੀਆਂ ਅੱਖਾਂ ਨਾਲ ਹੀ ਪੜ ਸਕਦੇ ਹਾਂ। ਇਹ ਤਾਂ ਫੇਰ ਤੁਹਾਡੇ ਵਰਗੇ ਅੰਤਰਯਾਮੀ ਹੀ ਪੜ ਸਕਦੇ ਨੇ, ਅਸੀਂ ਤਾਂ ਕਿਸੇ ਵੇਲੇ ਵੀ ਧੋਖਾ ਖਾ ਸਕਦੇ ਹਾਂ। ਗੁਰੂ ਸਾਹਿਬ ਨੇ ਯਾਦ ਕਰਾਇਆ ਧੋਖੇ ਨਾਲ ਹੀ ਤਾਂ ਪੰਜਵੇਂ ਪਾਤਸ਼ਾਹ ਨੂੰ ਵੀ ਲਾਹੌਰ ਬੁਲਾਇਆ ਗਿਆ ਸੀ। ਕਿ ਉਹਨਾਂ ਨੂੰ ਪਤਾ ਨਹੀਂ ਸੀ? ਪਤਾ ਸੀ, ਪਰ ਰੱਬ ਨੂੰ ਪਿਆਰ ਕਰਨ ਵਾਲੇ ਰੱਬ ਦੀ ਰਜ਼ਾ 'ਚ ਰਹਿਣਾ ਪਸੰਦ ਕਰਦੇ ਨੇ। ਗੁਰੂ ਜੀ, ਤੁਰਕਾਂ ਦੇ ਪਾਪਾਂ ਦਾ ਹਿਸਾਬ ਕੌਣ ਕਰੇਗਾ? ਕੀ ਕਦੇ ਉਹਨਾਂ ਨੂੰ ਵੀ ਉਹਨਾਂ ਦੇ ਜ਼ੁਲਮਾਂ ਦੀ ਸਜ਼ਾ ਮਿਲੇਗੀ? ਗੁਰੂ ਸਾਹਿਬ ਨੇ ਸੋਝੀ ਪਾਈ, ਜਿਹੜਾ ਅਨਾਜ ਧਰਤੀ ਤੇ ਬੀਜੋਗੇ ਉਹੀ ਉੱਗੇਗਾ, ਉਹੀ ਵੱਢਣਾ ਪਏਗਾ। ਵੱਢਣ ਦੀ ਰੁੱਤ ਕਦੋਂ ਆਏਗੀ ਇਹ ਨਿਰੰਕਾਰ ਜਾਣਦਾ ਹੈ। ਗੁਰੂ ਜੀ, ਇੰਨੀ ਤਾਂ ਗਰਮੀ ਨਹੀਂ, ਫਿਰ ਇਹਨਾਂ ਦੋਹਾਂ ਦੇ ਮੱਥੇ ਤੇ ਪਸੀਨਾ, ਇਹਨਾਂ ਦੋਹਾਂ ਦੀਆਂ ਅੱਖਾਂ ਵਿੱਚ ਮੈਂ ਅਜੀਬ ਜੀ ਬੇਚੈਨੀ ਵੇਖੀ ਹੈ, ਬਾਕੀ ਤੁਸੀਂ ਜਾਣੀ ਜਾਣੋ। ਗੁਰੂ ਸਾਹਿਬ ਨੇ ਸਮਝਾਇਆ ਖਾਲਸਾ ਜੀ, ਹਰੇਕ ਪ੍ਰਾਣੀ ਆਪਣੇ ਆਪ 'ਚ ਪੂਰਾ ਬ੍ਰਹਮੰਡ ਹੈ। ਕਿਸੇ ਦੇ ਬ੍ਰਹਮੰਡ 'ਚ ਝਾਕ ਕੇ ਦੇਖੋਗੇ ਤਾਂ ਉਹਦੇ ਗੁਣ ਔਗੁਣ ਤੁਹਾਡੇ ਅੰਦਰ ਆ ਜਾਣਗੇ। ਚੰਗਾ ਇਹੀ ਹੋਏਗਾ ਕਿ ਅਸੀਂ ਆਪਣੇ ਆਪਣੇ ਬ੍ਰਹਮੰਡਾਂ ਦੀ ਖੋਜ ਕਰੀਏ, ਇਸੇ ਖੋਜ ਵਿੱਚ ਹੀ ਸਾਡੇ ਮਨ ਨੂੰ ਸੁੱਖ ਅਤੇ ਸ਼ਾਂਤੀ ਪ੍ਰਾਪਤ ਹੋਏਗੀ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿਸ ਵਕਤ ਮਾਧੋ ਦਾਸ ਨੇ ਸ਼ਸਤਰ ਵਿਦਿਆ ਸਿੱਖਣ ਦੇ ਨਾਲ ਨਾਲ ਗੁਰਬਾਣੀ ਵਿੱਚ ਲੀਨ ਹੋਣਾ ਵੀ ਸਿੱਖ ਲਿਆ, ਗੁਰੂ ਸਾਹਿਬ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਵਿੱਚ ਸ਼ਾਮਿਲ ਕਰ ਲਿਆ। ਸਤਿਗੁਰ ਹੋਏ ਦਇਆਲਤਾ ਸਰਦਾ ਪੂਰੀ ਐ, ਸਤਿਗੁਰ ਹੋਏ ਦਇਆਲ ਨਾ। ਨਿਰੰਕਾਰ ਨੇ ਆਪਣੀ ਕੁਦਰਤ ਵਿੱਚ ਇੱਕ ਕਿਹੋ ਜਿਹੀ ਤਸਵੀਰ ਬਣਾਈ। ਇੱਕ ਪਾਸੇ ਭਾਈ ਦਇਆ ਸਿੰਘ ਜੀ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਸਮੇਤ ਪਹਿਲੀ ਵਾਰ ਅੰਮ੍ਰਿਤ ਛਕਾਇਆ, ਤੇ ਦੂਜੇ ਪਾਸੇ ਬੰਦਾ ਸਿੰਘ ਬਹਾਦਰ, ਜਿਸ ਨੂੰ ਆਖਰੀ ਵਾਰ ਗੁਰੂ ਸਾਹਿਬ ਨੇ ਆਪਣੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਦੇ ਰਾਹੀਂ ਅੰਮ੍ਰਿਤ ਦੀ ਦਾਤ ਬਖਸ਼ੀ। ਗੁਰੂ ਸਾਹਿਬ ਨੇ ਕਿਹਾ ਉੱਠ ਵੀ ਜਾਓ, ਹੁਣ ਆਉਣਾ ਜਾਣਾ ਮਿਲਣਾ ਵਿਛੜਨਾ ਇਸੇ ਨਾਲ ਹੀ ਨਿਰੰਕਾਰ ਦੀ ਦੁਨੀਆ ਚੱਲਦੀ ਹੈ। ਭਾਗਾਂ 'ਚ ਲਿਖਿਆ ਜੀਵ ਆਤਮਾ ਨੂੰ ਭੋਗਣਾ ਪੈਂਦਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ। ਮਾਤਾ ਜੀ ਕਿਤੇ ਨਜ਼ਰ ਨਹੀਂ ਆ ਰਹੇ? ਨਿਰੰਕਾਰ ਦੀ ਰਜ਼ਾ 'ਚ ਖੜੇ ਗੁਰੂ ਸਾਹਿਬ ਨੇ ਕਿਹਾ ਮੈਂ ਤਾਂ ਬੱਚੇ ਤੇ ਮਾਤਾ ਦੋਹਾਂ ਨੂੰ ਦੇਖ ਰਿਹਾ। ਕਿੱਥੇ ਨੇ? ਗੁਰੂ ਸਾਹਿਬ ਨੇ ਕਿਹਾ ਮੇਰੇ ਸਾਹਮਣੇ ਮਾਤਾ, ਮਾਤਾ ਜੀ ਵੀ ਨੇ ਤੇ ਆ ਬੱਚੇ ਵੀ ਨੇ। ਜੀ ਮੈਂ ਆਪਣੇ ਬੱਚਿਆਂ ਬਾਰੇ ਪੁੱਛਦੀ ਹਾਂ। ਗੁਰੂ ਸਾਹਿਬ ਨੇ ਕਿਹਾ ਮੈਂ ਵੀ ਬੇਗਾਨਿਆਂ ਵੱਲ ਇਸ਼ਾਰਾ ਨਹੀਂ ਕੀਤਾ। ਜੀ ਮੈਂ
चारों साहिबजादियां बारे पूछती हूं। गुरु साहब ने कहा, इन पुत्रन के शीश पर वार दिए सुत चार, चार मुए तो क्या हुआ जीवत कई हजार। साहब ने भाई दया सिंह नु कहा, बच्चों की माता नु कहो उसनु अपने बच्चों की शहादत ते हंजू बहाउण दा पूरा हक है, लेकिन अपने चारां पुत्रां दे नाल नाल उन्हां हजारां दियां कुर्बानियां भी शामिल कर रहे हैं जिन्हां ने साढ़े एक इशारे ते दुश्मन दियां तलवारां हेठ अपने सीस तर दिते। वक्त गवाह है, जद जद भी चमकौर दी गली दा दरवाजा खुलिया मेरे पंज सिंह दुश्मन दे सामने जाके शहीद होए। फिर की होया जे उन्हां पंजां विच मेरा एक पुत्र भी सी कि मैं अपने पुत्र दा सोग मनावां ते बाकी चारां नूं भुल जावां? हर किसे ने ना ए बेइंसाफी मैं कदी अपने खालसे नाल कीती है ते ना ही करांगा। माता जी चोरी तैयार है। मैं ता चारा ले चोरी मंगवाई सी, पर तुसी ता मेरी चोली ए सारे पा दित्ते, इना च वंड दियो। ममता ते मेहर होई वेखे अजब नजारे, बैठे हजार हो के गोबिंद दे लाल चारे। पुत्राच खाल से विच ना फर्क है ना दूरी, भरता रहे ने आपे आपे ही खाने चूरी। हजार साहिबजादे ए चार साहिबजादे। जी गुरु साहब हुणे देख के आउने आ। तंबू च रखिया सी ना तू? जाके देख लैने आ। तू बाहर रुकी, मैं हुणे कम तमाम करके आउना। नहीं रात गए, एक घोड़िया नू की होया? चल हुण वेखिए तां सही। वजीर खान ने गुरु तक कत्ल।
साहब दे जख्म दा पट काफी डूंगा सी। वैद ने उसनू सी के खून रिसना बंद कर दिता, पर जख्म दी डूंगाई बारे उसनू ठीक अंदाजा नहीं सी लग सकया। गोदावरी दे कंडे बादशाह बहादुर शाह दे डेरे तो सिंघा ने एक अंग्रेज डॉक्टर नूं लिया के इलाज कराया। उसने तसली दिती कि जख्म ठीक हो जाएगा, पर घटो घट 6 महीने गुरु साहब नूं आराम करना पवेगा, ध्यान रखना होगा, खतरा बढ़ सकता है। पंजाब तो सुनेहा आया सी कि गुरु साहब दे भेजे पैगाम घर घर पहुंच गए ने, लोकी घरां दीआं छत्तां ते खड़े होके सच्चे पातशाह दी राह देख रहे ने, पर गुरु साहब दी छाती दा जख्म उन्हां नूं कोड़े दीआं लगामां नहीं फड़न दे रहा सी। इस लई उन्हां ने चुने हुए सिंघां दे इकट्ठ विच पंजां प्यारां दी सहमती नाल अपने घोड़े दे शाह सवार नूं नियुक्त करन दा फैसला सुनाया। पंजाब नूं जाण वाले जत्थे दी अगवाई बंदा सिंह बहादुर करेगा। जो हुकम गुरु साहिब जी। मैं इस नूं अपनियां कुछ सौगातां भेट करना चाहांगा। ये ने साडे पत्थे दे 5 तीर। खालसे दे गर्जन दी आवाज, यह है केसरी निशान खालसे दी पहचान। हुण असीं तैनूं दसदे हां कि असीं किस रूप च तेरे नाल होवांगे। गुरु साहब ने फिर भाई विनोद सिंह, कान सिंह, विजय सिंह, बाज सिंह ते भाई राम सिंह नूं अग्गे बुलाया। इह ने 5 प्यारे, इन्हां दे रूप च असीं हर वेले तेरे नाल होवांगे। इन्हां दी रजा च रह के तैनूं चलना पवेगा, इन्हां दे हुक्म नूं तू अटल करके मन्नेगा। जो हुक्म गुरु साहिब जी। फिर गुरु साहब ने 5 प्यारिआं नूं समझाया, तुसीं 5 प्यारिआं ने बंदा सिंह दा ख्याल रखना है। जद कदी वी इह खालसा पंथ दी नीति तों भटके, इस नूं सही राह दे मार्ग दर्शन कराउणे। साडे कोल समां बहुत घट है, 80-25 सिंह होर तैयार कीते ने जिहड़े तुहाडे नाल जाणगे। मुगलां दी पैरियां नज़रां तों बच के तुसीं सारिआं ने बड़ी फुरती ते चुस्ती नाल इत्थों रवाना होणा है। 5-5 सिंघां दा जत्था बणा के निकलणा है, लम्मा रस्ता लैणा पवे कोई परवाह नहीं, लै लैणा। पिंड बुढ़िया पहला पड़ाव होएगा। बंदा सिंह, घोड़े दीआं लगामां तेरे हथ होणगीआं। तूं सिंघां दे जत्थे दा सरपरस्त, लड़ना पै जावे ਤਾਂ ਮੇਰਾ ਇੰਤਜ਼ਾਰ ਨਹੀਂ ਕਰਨਾ, ਪਿੱਛੇ ਕਦੀ ਨਹੀਂ ਹਟਣਾ। ਕਿਸੇ ਨੇ ਕਹਿਣਾ ਸੁਣਨਾ ਹੋਵੇ, ਕੱਲ੍ਹ ਸਵੇਰੇ ਜੱਥਾ ਪੰਜਾਬ ਨੂੰ ਰਵਾਨਾ ਹੋਏਗਾ। ਗੁਰੂ ਸਾਹਿਬ ਮੁਸਕੁਰਾਏ ਤੇ ਕਿਹਾ, ਸਾਨੂੰ ਪਤਾ ਸੀ ਤੂੰ ਆਏਗਾ। ਕੋਈ ਸਵਾਲ ਜੀ? ਸਿੰਘ ਤਾਂ ਹੋਰ ਵੀ ਬਹੁਤ ਨੇ ਜਿਹੜੇ ਸ਼ੁਰੂ ਤੋਂ ਹੀ ਤੁਹਾਡਾ ਸੰਗ ਕਰਦੇ ਆ ਰਹੇ ਨੇ, ਫਿਰ ਤੁਸੀਂ ਇਸ ਬੰਦੇ ਨੂੰ ਹੀ ਕਿਉਂ? ਗੁਰੂ ਸਾਹਿਬ ਨੇ ਉਹਨੂੰ ਦਾਤ ਦਿੰਦੇ ਹੋਏ ਕਿਹਾ, ਤੇਰੇ ਸਵਾਲ 'ਚ ਇਮਾਨਦਾਰੀ ਹੈ ਬੰਦਾ ਸਿੰਘ, ਸਾਨੂੰ ਕਾਫੀ ਸਮੇਂ ਤੋਂ ਇੱਕ ਯੋਧੇ ਦੀ ਤਲਾਸ਼ ਸੀ, ਇਸੇ ਲਈ ਅਸੀਂ ਤੇਰੇ ਪਲੰਗ 'ਤੇ ਆ ਕੇ ਬਿਰਾਜਮਾਨ ਹੋਏ ਸੀ। ਗੁਰੂ ਜੀ, ਇੰਨਾ ਵਿਸ਼ਵਾਸ ਦਿਲਾਉਂਦਾ ਹਾਂ ਕਿ ਮੈਦਾਨੇ ਜੰਗ 'ਚ ਬੰਦੇ ਦਾ ਖੰਡਾ ਖੜਕੇਗਾ ਜਦ ਤੱਕ ਤੁਸੀਂ ਆ ਕੇ ਕਮਾਨ ਨਹੀਂ ਸੰਭਾਲਦੇ। ਗੁਰੂ ਸਾਹਿਬ ਨੇ ਕਿਹਾ, ਜੇਕਰ ਅਸੀਂ ਨਾ ਆ ਸਕੇ। ਤੁਸੀਂ ਹੀ ਤਾਂ ਸੋਝੀ ਪਾਈ ਹੈ, ਹੁੰਦਾ ਉਹੀ ਹੈ ਜੋ ਅਕਾਲ ਪੁਰਖ ਚਾਹੁੰਦਾ ਹੈ, ਉਸਦੀ ਮਰਜ਼ੀ ਨੂੰ ਤੁਹਾਡਾ ਹੁਕਮ ਸਮਝ ਲਵਾਂਗਾ। ਗੁਰੂ ਸਾਹਿਬ ਨੇ ਪੁੱਛਿਆ, ਸਾਡੀ ਕਮੀ ਤਾਂ ਤੈਨੂੰ ਮਹਿਸੂਸ ਹੋਵੇਗੀ? ਜੀ ਨਹੀਂ, ਮੈਂ ਤਾਂ ਸਿਰਫ ਜਿੱਥੇ ਦੀ ਅਗਵਾਈ ਕਰ ਰਿਹਾ। ਸਿੰਘਾਂ ਦੇ ਅਸਲੀ ਸੈਨਾਪਤੀ ਤਾਂ ਤੁਸੀਂ ਹੀ ਹੋ ਗੁਰੂ ਜੀ। ਇਹ ਮੈਂ ਜਾਣਦਾ ਕਿ ਤੁਸੀਂ ਸਿਰਫ ਮੇਰੇ ਹੀ ਨਹੀਂ ਬਲਕਿ ਹਰ ਸਿੰਘ ਦੇ ਅੰਗ ਸੰਗ ਰਹਿੰਦੇ ਹੋ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਕਿਹਾ, ਮੇਰਾ ਬੰਦਾ ਸਿੰਘ ਬਹਾਦੁਰ, ਤੂੰ ਵਾਕਈ ਤਿਆਰ ਬਰ ਤਿਆਰ ਹੈ। ਆ, ਤੇਰੇ ਜਾਣ ਤੋਂ ਪਹਿਲਾਂ ਅਰਦਾਸ ਕਰੀਏ। ਬੰਦਾ ਗੁਰ ਕਿਰਪਾ ਲੈ ਤੁਰਿਆ,
ਗੁਰੂ ਸਾਹਿਬ ਦਾ ਜ਼ਖਮ ਦੇਖਣ ਨੂੰ ਤਾਂ ਠੀਕ ਲੱਗਦਾ ਸੀ, ਪਰ ਵੈਦ ਦਾ ਕਹਿਣਾ ਸੀ ਕਿ ਉਹਨਾਂ ਦੇ ਸਰੀਰ 'ਚ ਹੌਲੀ ਹੌਲੀ ਜ਼ਹਿਰ ਫੈਲ ਰਿਹਾ। ਸਿੰਘ ਇਹ ਸੁਣ ਕੇ ਬੜੇ ਘਬਰਾਏ ਹੋਏ ਸੀ। ਗੁਰੂ ਸਾਹਿਬ ਨੇ ਉਹਨਾਂ ਨੂੰ ਬੁਲਾ ਕੇ ਸਮਝਾਇਆ ਕਿ ਚਿੰਤਾ ਕਰਨ ਦੀ ਲੋੜ ਨਹੀਂ, ਪਾਣਾ ਮੰਨਣ ਵਿੱਚ ਹੀ ਭਲਾ ਹੈ। ਗੁਰੂ ਸਾਹਿਬ ਨੇ ਫਿਰ ਭਾਈ ਦਇਆ ਸਿੰਘ ਜੀ ਨੂੰ ਕਿਹਾ, ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ, ਅਸੀਂ ਇੱਕ ਰਸਮ ਅਦਾ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਸੰਗਤ ਨੂੰ ਕਿਹਾ, ਖਾਲਸਾ ਜੀ, ਅੱਜ ਰਸਮੀ ਤੌਰ 'ਤੇ ਅਸੀਂ ਇਹ ਐਲਾਨ ਕਰਦੇ ਹਾਂ। ਫੈਸਲਾ ਤਾਂ ਵਿਸਾਖੀ ਵਾਲੇ ਦਿਨ ਹੀ ਅਸੀਂ ਕਰ ਲਿਆ ਸੀ, ਜਦੋਂ ਅਸੀਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ। ਅੱਜ ਅਸੀਂ 5 ਪੈਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਚੜ੍ਹਾ ਕੇ ਮੱਥਾ ਟੇਕ ਦਿੱਤਾ। ਅੱਜ ਤੋਂ ਬਾਅਦ ਸਾਡੇ ਵੀ ਅਤੇ ਤੁਹਾਡੇ ਵੀ ਇਹੀ ਗੁਰੂ ਹੋਣਗੇ। ਅੱਜ ਤੋਂ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ। ਸਾਡੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ ਰਹੇਗੀ ਅਤੇ ਉਸ ਤੱਕ ਪਹੁੰਚਣ ਦਾ ਇੱਕੋ ਰਾਹ ਗੁਰੂ ਪੰਥ ਖਾਲਸਾ ਹੋਵੇਗਾ। ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਡੇ ਵੱਲੋਂ ਸਮੂਹ ਸੰਗਤ ਫਤਿਹ ਪ੍ਰਵਾਨ ਕਰੇ। ਵਾਹਿਗੁਰੂ ਜੀ ਕਾ ਖਾਲਸਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪਣ ਦੇ ਬਾਅਦ ਜਿਸ ਸ਼ਾਮ ਗੁਰੂ ਸਾਹਿਬ ਨੇ ਸੰਗਤ ਨੂੰ ਦੁਬਾਰਾ ਇਕੱਠਾ ਕੀਤਾ, ਉਸ ਦਿਨ ਨਾਂਦੇੜ ਵਿੱਚ ਸਵੇਰ ਬੜੇ ਅਨੋਖੇ ਢੰਗ ਨਾਲ ਹੋਈ ਸੀ। ਪੰਛੀ ਚਹਿਚਹਾਏ ਨਹੀਂ, ਮੋਰ ਹਿਰਨ ਮਸਤੀ ਮਾਰਨ ਦੀ ਬਜਾਏ ਉਦਾਸ ਅੱਖਾਂ ਨਾਲ ਗੁਰੂ ਸਾਹਿਬ ਦੇ ਡੇਰੇ ਵੱਲ ਵੇਖ ਰਹੇ ਸਨ। ਸੰਗਤ ਵੀ ਘਬਰਾਈ ਹੋਈ ਸੀ। ਗੁਰੂ ਸਾਹਿਬ ਨੇ ਸੰਗਤ ਨੂੰ ਸਮਝਾਉਂਦਿਆਂ ਕਿਹਾ, ਖਾਲਸਾ ਜੀ, ਸਾਡੀ ਤੁਹਾਡੀ ਇਹ ਆਖਰੀ ਮੁਲਾਕਾਤ ਹੈ। ਸਾਡੇ ਜ਼ਖਮ ਦੀ ਪੀੜਾ ਵਿੱਚੋਂ ਸਾਨੂੰ ਈਸ਼ਵਰ ਦਾ ਸੁਨੇਹਾ ਆ ਰਿਹਾ ਹੈ, ਕੁਝ ਹੀ ਦੇਰ ਬਾਅਦ ਅਸੀਂ ਆਪਣੇ ਆਖਰੀ ਸਾਹ ਲਵਾਂਗੇ। ਰੱਬ ਦੇ ਵਾਸਤੇ ਗੁਰੂ ਜੀ, ਇੰਜ ਨਾ ਕਹੋ। ਸੱਚੇ ਪਾਤਸ਼ਾਹ, ਸਾਨੂੰ ਛੱਡ ਕੇ ਜਾਣਾ ਕੀ ਇਹ ਉਚਿਤ ਹੈ? ਗੁਰੂ ਸਾਹਿਬ ਨੇ ਸਮਝਾਇਆ, ਜਿਵੇਂ ਨਿਰੰਕਾਰ ਦੇ ਦਿੱਤੇ ਸਵਾਸ ਪੂਰੇ ਹੁੰਦੇ ਨੇ, ਮੌਤ ਇਨਸਾਨ ਨੂੰ ਅਗਲੇ ਸਫ਼ਰ ਦਾ ਮੁਸਾਫ਼ਰ ਬਣਾ ਦਿੰਦੀ ਹੈ। ਰੱਬ ਨੂੰ ਪਿਆਰ ਕਰਨ ਵਾਲੇ ਜੰਮਣ ਮਰਨ ਤੋਂ ਰਹਿਤ ਹੁੰਦੇ ਨੇ ਖਾਲਸਾ ਜੀ। ਨਾ ਪਹਿਲੀਆਂ ਪਾਤਸ਼ਾਹੀਆਂ ਦੁਨੀਆਂ ਛੱਡ ਕੇ ਗਈਆਂ ਅਤੇ ਨਾ ਅਸੀਂ ਜਾਵਾਂਗੇ। ਹਾਂ, ਅਕਾਲ ਪੁਰਖ ਦੇ ਹੁਕਮ ਨਾਲ ਇਹ 5 ਤੱਤਾਂ ਦਾ ਸਰੀਰ ਛੱਡ ਕੇ ਅਸੀਂ ਅਕਾਲ ਪੁਰਖ ਵਿੱਚ ਅਭੇਦ ਹੋ ਜਾਵਾਂਗੇ। ਫਿਰ ਜਿਹੜਾ ਸਾਨੂੰ ਸੱਚੇ ਦਿਲੋਂ ਯਾਦ ਕਰੇਗਾ, ਅਸੀਂ ਉਸ ਕੋਲ ਹਾਜ਼ਰ ਹੋ ਜਾਇਆ ਕਰਾਂਗੇ। ਤੁਸੀਂ ਅੱਜ ਤੋਂ ਪਰਚਾ ਸ਼ਬਦ ਦਾ, ਪੂਜਾ ਅਕਾਲ ਪੁਰਖ ਕੀ, ਦੀਦਾਰ ਖਾਲਸੇ ਦਾ ਸਿਧਾਂਤ ਤੇ ਪਹਿਰਾ ਦੇਣਾ। ਵੇਲਾ ਆ ਗਿਆ, ਚੰਗਾ, ਹੁਣ ਸਾਨੂੰ ਜਾਣ ਦੀ ਆਗਿਆ ਦਿਓ। ਸਾਡੇ ਵੱਲੋਂ ਸਰਬੱਤ ਸੰਗਤ ਨੂੰ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।